ਅਸੀਂ ਤੈਨੂੰ ਦੇਖਾਂਗੇ ਜ਼ਰੂਰ। ਅਗਲਿਆਂ ਨੇ ਅੱਜ ਵੇਖ ਲਿਆ। ਜੇ ਬੇਅਦਬੀ ਕਰਨ ਵਾਲਿਆਂ ਨੂੰ ਤੁਸੀਂ 10-10 ਗਨਮੈਨ ਦਿਓਗੇ, ਉਹਨਾਂ ਦੇ ਹੌਸਲੇ ਬੁਲੰਦ ਰੱਖੋਗੇ ਕਿ ਅੱਗੇ ਵੀ ਹੋਰ ਕਰੋ ਜਾਂ ਤੁਹਾਡੇ ਲਈ ਕੋਈ ਝਾਕ ਨਹੀਂ ਸਕਦਾ, ਤਾਂ ਇਸ ਤਰ੍ਹਾਂ ਦੇ ਇਨਜਾਮ ਆ ਜਿਹੜੇ ਹੋਣਗੇ ਅੱਜ ਇਹਨਾਂ ਨਾਲ, ਕੱਲ੍ਹ ਨੂੰ ਹੋਰ ਨਾਲ, ਮਤਲਬ ਸਾਰਿਆਂ ਦੀ ਵਾਰੀ ਆਊਗੀ। ਖੂਆ ਬਣਾ ਕੇ ਜਿਹੜੇ ਬੰਦੇ ਹੁਣ ਦੇਖੋ ਦੋਸ਼ੀ ਆ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਪਾਇਆ, ਫਿਰ ਸੁਰੱਖਿਆ ਤਾਂ ਇੱਦਾਂ ਬੇਅੰਤ ਸਿੰਘ ਕੋਲ ਵੀ ਬਹੁਤ ਸੀਗੀ, ਇੰਦਰਾ ਗਾਂਧੀ ਕੋਲ ਵੀ ਬਹੁਤ ਸੀਗੀ, ਉਹਨਾਂ ਬੜਿਆਂ ਕੋਲ ਸੁਰੱਖਿਆ ਸੀਗੀ, ਫਿਰ ਸੁਰੱਖਿਆ ਨਾਲ ਇਹ ਬਚਣੇ ਨਹੀਂ ਹੈ। ਜੇ ਸਰਕਾਰਾਂ ਦੋਸ਼ੀਆਂ ਦੀ ਪੁਸ਼ਤ ਪਣਾਈ ਕਰਕੇ ਉਹਨਾਂ ਨੂੰ ਬਚਾਅ ਪੱਖ ਲਈ ਅੱਗੇ ਲੈ ਕੇ ਆਉਂਦੀਆਂ, ਤਾਂ ਫਿਰ ਜਿਹੜੇ ਮਦਈ ਧਿਰ ਆ ਜਿਨ੍ਹਾਂ ਦੇ ਨਾਲ ਵਾਪਰੀ ਆ, ਤਾਂ ਉਹਨਾਂ ਨੂੰ ਤਾਂ ਫਿਰ ਮੈਂ ਸਮਝਦਾ ਘਰਾਂ 'ਚ ਬੰਦ ਰਹਿਣ ਦੀ ਲੋੜ ਆ। ਜੇ ਸਕਿਉਰਟੀਆਂ ਵਾਪਸ ਲੈ ਲੈਣ, ਤਾਂ ਮੇਰਾ ਖਿਆਲ ਉਹ ਕੰਨ 'ਚ ਪਾਏ ਨਹੀਂ ਰੜਕਦੇ, ਉਹ ਪੁਲਿਸ ਦੀ ਸੁਰੱਖਿਆ ਛਤਰੀ ਦੇ ਉੱਤੇ ਟਪੂਸੀਆਂ ਮਾਰਦੇ ਆ। ਇਹ ਤਾਂ ਹੀ ਇਹ ਜਿਹੜੀ ਅੱਜ ਆਹ ਫੌਜੀ ਸਾਹਿਬ ਬੈੱਡ 'ਤੇ ਪਏ ਆ। ਜਿਹੜਾ ਬੰਦਾ ਮੁਲਜ਼ਮ ਪਾਇਆ ਜਾ ਰਿਹਾ ਹੋਵੇ, ਮਾਸਟਰ ਮਾਈਂਡ ਪਾਇਆ ਜਾ ਰਿਹਾ ਹੋਵੇ ਬੇਅਦਬੀਆਂ ਦਾ, ਅਤੇ ਉਹ ਪੰਜਾਬ ਦੇ ਵਿੱਚ ਆਪਣੀ ਸਤਸੰਗ ਕਰੇ, ਉਹ ਵੀ ਜੇਲ੍ਹ 'ਚ ਬੈਠਾ, ਅਤੇ ਉਹਦੀ ਉੱਥੇ ਵੀਡੀਓ ਪੁਰਾਣੀਆਂ ਚਲਾ ਚਲਾ ਲੋਕਾਂ ਨੂੰ ਉੱਥੇ ਤਾੜੀਆਂ ਵਜਾਈਆਂ ਜਾਂਦੀਆਂ, ਉਹਨਾਂ ਦੇ ਭੰਗੜੇ ਪੁਆਏ ਜਾਂਦੇ ਹੋਣ, ਅਤੇ ਸਰਕਾਰ ਦੇ ਉੱਥੇ ਕੇਂਦਰ ਦੇ ਜਾਂ ਪੰਜਾਬ ਦੇ ਜਾਂ ਕੋਈ ਹੋਰ ਨਾਮਵਰ ਚਿਹਰੇ ਉਹਦੇ ਵਿੱਚ ਜਾ ਕੇ ਸ਼ਮੂਲੀਅਤ ਕਰਨ, ਤਾਂ ਇੱਦੂ ਵੱਡੀ ਹੋਰ ਨਖਿੱਧ ਕੀ ਹੋ ਸਕਦੀ ਗੱਲ ਕਿ ਸਿਰਫ ਆਪਣੇ ਵੋਟ ਬੈਂਕ ਦੇ ਲਈ ਅਸੀਂ ਗੁਰੂ ਗਲੀਆਂ 'ਚ ਰਲਾ ਲਿਆ। ਇਹ ਗਵਾਵਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਬੇਸ਼ੱਕ ਸੁਰੱਖਿਆ ਦਿੱਤੀ ਆ, ਪਰ ਜਿਹੜੇ ਗਵਾਵਾਂ ਨਾਲ ਜਿਨ੍ਹਾਂ ਨੇ ਗਵਾਹ 'ਤੇ ਸਜ਼ਾ ਹੋਈ ਆ, ਜਿਹਨੇ ਉਹਨਾਂ ਦਾ ਹਾਲਾਤ ਆ, ਤਾਂ ਦੂਜਿਆਂ ਦਾ ਕੀ ਹੋਊਗਾ? ਇਹ ਤਾਂ ਪਿਛਲੇ ਦਿਨ ਸੁਖਬੀਰ ਬਾਦਲ ਨੇ ਕਲੀਅਰ ਕਰਤਾ ਸੀਗਾ, ਵਿਕਟਰੀ ਚਿੰਨ੍ਹ ਬਣਾ ਕੇ ਅਦਾਲਤ ਵਿੱਚੋਂ ਬਾਹਰ ਨਿਕਲਣਾ, ਉਸ ਦਿਨ ਸਾਡੇ ਖਾਰਾ ਸਾਹਿਬ ਅੰਦਰ ਹੀ ਨਹੀਂ ਜਾ ਸਕੇ। ਜਿਹੜੀ ਪਿਛਲਿਆਂ 'ਤੇ ਢੁੱਕਦੀ ਆ ਰਹੀ ਹੈ ਰਲੇ ਮਿਲੇ ਵਾਲੀ, ਫਿਰ ਇਹ ਗੱਲ ਇਹ ਆ ਵੀ ਇਹ ਵੀ ਫਿਰ ਮੈਨੂੰ ਨਹੀਂ ਲੱਗਦਾ ਵੀ ਇਹ ਸਰਕਾਰ ਦੇ ਕੁਛ ਤਿਲਾਂ 'ਚ ਤੇਲ ਹੈਗਾ। ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ। ਦਰਸ਼ਕੋ, ਅਸੀਂ ਖੜ੍ਹੇ ਹਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ, ਜਿੱਥੇ ਥੋੜ੍ਹੀ ਦੇਰ ਪਹਿਲਾਂ ਤੁਹਾਨੂੰ ਖਬਰ ਮਿਲ ਚੁੱਕੀ ਹੋਵੇਗੀ ਮਲਕੇ ਦੇ ਜਿਹੜੇ ਗੁਰਸੇਵ ਸਿੰਘ ਫੌਜੀ, ਕਿਉਂਕਿ ਮਲਕੇ ਜਿਹੜਾ ਬੇਅਦਬੀ ਕਾਂਡ ਦੇ ਮੁੱਖ ਗਵਾਹ ਜਿਹੜੇ ਸਨ, ਜਿਨ੍ਹਾਂ ਨੇ ਡੇਰਾ ਪ੍ਰੇਮੀ ਨੂੰ 3-3 ਸਾਲ ਦੀ ਸਜ਼ਾ ਵੀ ਦਵਾਈ ਸੀ, ਉਹਨਾਂ 'ਤੇ ਅੱਜ ਜਾਨਲੇਵਾ ਹਮਲਾ ਕਰ ਦਿੱਤਾ ਜਾਂਦਾ। ਗਨਮੈਨ ਉਹਨਾਂ ਦਾ ਮੌਜੂਦ ਸੀ ਵੀ ਆਪਾਂ ਗੱਲ ਕਰਦੇ ਹਾਂ, ਉੱਥੇ ਪੰਥਕ ਸ਼ਖਜੀਤਾਂ ਉਹਨਾਂ ਦਾ ਪਤਾ ਲੈਣ ਲਈ ਆਈਆਂ ਨੇ, ਸਰਦਾਰ ਭਾਈ ਸੁਖਜੀਤ ਸਿੰਘ ਜੀ ਖੋਸਾ, ਭਾਈ ਸੁਖਰਾਜ ਸਿੰਘ ਜੀ, ਹੋਰ ਵੀ ਜਿਹੜੇ ਪੰਥ ਦਾ ਦਰਦ ਰੱਖਣ ਵਾਲੇ ਨੇ, ਗੁਰਪ੍ਰੀਤ ਸਿੰਘ ਜੀ ਨਾਲ ਨੇ, ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਖੋਸਾ ਸਾਹਿਬ, ਕਿਵੇਂ ਵੇਖਦੇ ਜੇ ਇਸ ਹਮਲੇ ਨੂੰ ਅੱਜ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਹਮਲਾ ਜਿਹੜਾ ਨਾ, ਨਾ ਪਹਿਲਾਂ ਅਤੇ ਨਾ ਆਖਰੀ ਆ। ਪਹਿਲਾਂ ਇਹਨਾਂ ਨੇ ਸਾਡੇ ਗੁਰੂ 'ਤੇ ਹੱਥ ਚੁੱਕਿਆ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਚੋਰੀ ਕੀਤਾ ਬੁਰਜ ਜਵਾਹਰ ਸਿੰਘ ਤੋਂ ਜੀ, ਫਿਰ ਇਹਨਾਂ ਨੇ ਚੈਲੰਜ ਕਰਕੇ ਪੋਸਟਰ ਲਾਏ, ਫਿਰ ਗੁਰੂ ਦੇ ਅੰਗ ਖੰਡਾਏ, ਉਦੋਂ ਬਾਅਦ ਮਲਕੇ ਬੇਅਦਬੀ ਕੀਤੀ, ਭਗਤੇ ਬੇਅਦਬੀ ਕੀਤੀ, ਹੋਰ ਥਾਵਾਂ 'ਤੇ ਬੇਅਦਬੀ ਕੀਤੀ। ਹਜੇ ਤੱਕ ਸੰਦੀਪ ਬਰੇਟੇ ਵਰਗੇ, ਕਲੇਰ ਵਰਗੇ, ਅਰਸ਼ ਧੁਰੀ ਵਰਗੇ ਬਾਹਰ ਤੁਰੇ ਫਿਰਦੇ ਆ, ਅਤੇ ਜਿਹੜੇ ਇਹ ਦੋਸ਼ੀ ਹੈਗੇ ਆ ਇਹਨਾਂ ਨੂੰ ਸੁਰੱਖਿਆ ਦਿੱਤੀ ਹੋਈ ਆ, ਰੈਪਿਡ ਲਾਈਆਂ ਹੋਈਆਂ, ਮਤਲਬ ਨਾਲੇ ਚੋਰ ਨਾਲੇ ਚਤਰ। ਇਹ ਮਤਲਬ ਕਰਮਚਾਰੀ ਤਾਂ ਇਹਨਾਂ ਦੇ ਨਾਲ ਨੇ, ਇਹਨਾਂ ਨੂੰ ਗਨਮੈਨ ਮੁਹੱਈਆ ਕਰਵਾਏ ਹੋਏ ਨੇ, ਅਤੇ ਫਿਰ ਵੀ ਹਮਲਾ ਹੋ ਜਾਣਾ? ਦੇਖੋ ਹੁਣ ਗਨਮੈਨ ਵਿਚਾਰਾ ਆਪਦੀ ਇੱਕ ਸਿੰਗਲ ਮੈਨ ਕਿੰਨੀ ਕੁ ਡਿਊਟੀ ਨਿਭਾ ਸਕਦਾ, ਉਹਨੇ ਆਪਣਾ ਉਹ ਫਰਜ਼ ਅਦਾ ਕੀਤਾ, ਚਲੋ ਠੀਕ ਰਹਿ ਗਈ ਗੱਲ ਵੀ ਉਹਦਾ ਬਚਾ ਰਹਿ ਗਿਆ, ਪਰੰਤੂ ਦੂਸਰੇ ਪਾਸੇ ਤਾਂ ਰੈਪਿਡ ਗੱਡੀਆਂ ਨੇ ਲਾਈਆਂ ਹੋਈਆਂ, 10-10 ਗਨਮੈਨ ਦਿੱਤੇ ਹੋਏ ਨੇ। ਇਹ ਪ੍ਰੇਮੀਆਂ ਨੂੰ ਭੂਏ ਹਰ ਇੱਕ ਸਰਕਾਰ ਨੇ ਚੜ੍ਹਾਇਆ, ਚਾਹੇ ਉਹ ਕਾਂਗਰਸ ਹੋਵੇ, ਅਕਾਲੀ ਹੋਵੇ, ਚਾਹੇ ਆਪ ਹੋਵੇ, ਅਤੇ ਉਹਨਾਂ ਨੂੰ ਸੁਰੱਖਿਆ ਦੀ ਛਤਰੀ ਦੇਣਾ ਹੀ ਅੱਜ ਜਿਹੜਾ ਫੌਜੀ ਸਾਹਿਬ ਦਾ ਬੈੱਡ 'ਤੇ ਆਉਣਾ ਇਹ ਹੈਗਾ। ਕਿਉਂਕਿ ਪਿਛਲੇ ਦਿਨੀ ਕੋਈ ਇਹਨਾਂ ਦਾ ਪਿੰਡਾਂ ਵਿੱਚ ਮਸਲੇ ਤਾਂ ਚੱਲਦੇ ਹੀ ਰਹਿੰਦੇ ਆ ਜੀ, ਜੱਟਾਂ ਦਾ ਸੁਭਾਅ ਹੁੰਦਾ ਵੀ ਖੰਘ ਕੇ ਲੰਘ ਗਿਆ ਇਹ ਵੀ ਮਸਲਾ ਹੋ ਗਿਆ, ਪੈਰ ਖੜਕਾ ਕੇ ਲੰਘ ਗਿਆ ਇਹ ਵੀ ਮਸਲਾ ਹੋ ਗਿਆ, ਕੋਈ ਮਸਲਾ ਹੋਇਆ ਸੀ? ਇਹ ਸਮਾਲਸਰ ਥਾਣੇ ਗਏ, ਸਮਾਲਸਰ ਥਾਣੇ ਬੈਠਿਆਂ ਡੇਰਾ ਪ੍ਰੇਮੀਆਂ ਨੇ ਕਿਹਾ ਵੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਅਸੀਂ ਤੈਨੂੰ ਦੇਖਾਂਗੇ ਜ਼ਰੂਰ। ਅਗਲਿਆਂ ਨੇ ਅੱਜ ਵੇਖ ਲਿਆ, ਧਮਕੀ ਕੁਝ ਦਿਨ ਪਹਿਲਾਂ ਦਿੱਤੀ, ਬਿਲਕੁਲ ਦਿੱਤੀ ਗਈ ਆ ਸਮਾਲਸਰ ਥਾਣੇ 'ਚ, ਅਗਲੇ ਵੇਖਦੇ ਆ। ਪਰ ਅਫਸੋਸ ਇਸ ਗੱਲ ਦਾ ਹੈਗਾ ਕਿ ਜਿਹੜੀਆਂ ਸਰਕਾਰਾਂ ਹੈਗੀਆਂ ਉਹ ਪਾਰਦਰਸ਼ੀ ਢੰਗ ਤਰੀਕੇ ਦੇ ਨਾਲ ਗੱਲ ਨਹੀਂ ਕਰ ਰਹੀਆਂ, ਮਤਲਬ ਬਰਾਬਰਤਾ ਨਹੀਂ ਵੇਖ ਰਹੀਆਂ। ਕਿੰਨਾ ਕੁ ਡੇਰਾ ਪ੍ਰੇਮੀਆਂ ਨੂੰ ਡਰ ਹੈਗਾ, ਕਿੰਨੇ ਕੁ ਹਜ਼ਾਰਾਂ ਡੇਰਾ ਪ੍ਰੇਮੀ ਲੱਖਾਂ ਦੀ ਗਿਣਤੀ 'ਚ ਹੈਗੇ ਆ, ਕਿ ਸਿੱਖ ਉਹਨਾਂ ਨੂੰ ਮਾਰ ਹੀ ਰਹੇ ਆ? ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ। ਖੂਆ ਬਣਾ ਕੇ ਜਿਹੜੇ ਬੰਦੇ ਹੁਣ ਦੇਖੋ ਦੋਸ਼ੀ ਆ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਪਾਇਆ,
फिर सुरक्षा तो इदा बेअंत सिंह को भी बहुत सी, इंदिरा गांधी को भी बहुत सी, है ना, बड़िया को सुरक्षा सी, फिर सुरक्षा ना ये बचने नहीं है, बचते नहीं होंगे। पर आ जिहड़ियां गल्लां हो रही ना इदा भी गड्डिया मार के सट दो जी, है ना, वो कोई गल जे मर्दा वाली गल हुंदी है फिर वंगार के गल करो भी आओ भाई आपां गल करिए, कोई गल करन वाली है, ये गल माड़ी है, निंदण योग आ, सरकार नू इत्थे सीरीयस होना चाहिए वा, उन्हां दीआं सिक्योरिटियां वापस लैनियां चाहीदियां, तां कि वह जे सिक्योरिटियां वापस लै लैण तो मेरा ख्याल वह कन्न च पाए नहीं रड़कदे, वो पुलिस की सुरक्षा छतरी के उत्ते टपूसियां मारदे आ, तां ही इह जिहड़ी अज आह फौजी साहब बैड ते पए आ। मतलब सरकार उड़ीक कर रही भी जे मेन गवाह ने इन्हों मार दिता जाए। देखो जे अज फौजी ने यह हालात आ तो मैं भी वो गवाह हाँ, ये नौजवान भी गवाह आ, सुखराज हुणी भी गवाह है, होर भी गरीबड़े कई गवाह है, क्योंकि गवाहों प्रोटेक्ट करने वास्ते बेशक सुरक्षा दिती आ, पर जिहड़े गवाहां ना जिन्हां ने गवाह ते सज़ा होई आ जिन्हां उन्हां दा हालात आ ते दूजियां दा की होऊगा, ये तो पिछले दिन ही सुखबीर बादल ने क्लीयर करता सीगा, विक्टरी चिन्ह बना के अदालत विच्चों बाहर निकलना, उस दिन साडे खारा साहब अंदर ही नहीं जा सके, असी मतलब गवाहां असी आपदे केस की सुनवाई करने वास्ते कोई अंदर ही नहीं जा सकिया, 12-15 हज़ार इत्थे मढीर लिया के खप पाई उहने उहदे, है ना, तो ये गिनी मिसी साजिश तहत वाला हमला लगता है, बाकी हजे जांच का विषय आ, पुलिस की इन्वेस्टिगेशन करके कढ के बाहर लियांदी आ, पर पहली अखना जो देखते हैं तो जिन्हां मैं गल्लां कीतियां वो सारियां मैनू ठीक लगदियां आ, बाकी देखण वाले दसणगे, अगली इन्वेस्टिगेशन दसूगी, तो जिहड़ी मैडिकल स्थिति आ वो स्कैनिंग तो बाद क्लीयर होगी भी की आ ठीक आ जां गलत आ किवें। तख्तां ते भी हमले हो रहे ने, थोड़े दिनां दे विच 3 हमले हो जांदे ने, ते जिहड़े बेअदबी दे मेन गवाह ने उहनां ते भी हमले होणे, एक पासे ते तुसीं कहिंदे जी भी सुखबीर बादल ने ये विक्टरी का चिन्ह दिता, पर सरकार जिथे भगवंत मान दी है तो यह है भी ताड़े ते हमले, इहदा मतलब फिर कितें ना कितें इहनां दी दाल गलदी है। देखो जी चोर कुत्ती रल जन जदों उदों इदा ही हुंदी आ, जे इन्हां ने आपदा दामन साफ रखना आ ते क्लीयर करन जिहड़े बंदिया ने अज फौजी ते हमला कीता, जां तां सानू पता तां वी सूरज डुब्बण तों पहलां पहलां उहनां नूं चक्के लाउण अंदर ਤੱਕਣ ਤੇ ਤਾਂ ਅਸੀਂ ਸਮਝਾਂਗੇ, ਤੇ ਜੇ ਉਹੀ ਵੀ ਸਾਨੂੰ ਠਾਣਿਆ ਮੋਰੇ ਭਾ ਕੇ ਜਿੰਦਾਬਾਦ ਮੁਰਦਾਬਾਦ ਕਰਾ ਕੇ ਕੁੱਕੜ ਖੇਡਾ ਕੇ ਬਾਅਦ 'ਚ ਫੜਨਾ ਨਾ ਫੜਨਾ ਇੱਕ ਬਰਾਬਰ ਹੈਗਾ, ਕਿਉਂਕਿ ਅੱਜ ਤੱਕ ਕਿਸੇ ਡੇਰਾ ਪ੍ਰੇਮ ਜਿਨ੍ਹਾਂ ਨੂੰ ਸਜ਼ਾ ਹੋਈ ਸੀਗੀ ਗਵਾਹ ਹਜੇ ਮਗਰੋਂ ਘਰੇ ਆਏ ਸੀਗੇ, ਜੱਜ ਵੀ ਮਗਰੋਂ ਘਰੇ ਗਿਆ ਹੋਣਾ, ਉਹ ਪਹਿਲਾਂ 'ਚ ਘਰੇ ਚਲੇ ਗਏ ਸੀ, 3-3 ਸਾਲ ਦੀ ਨਗੂਣੀ ਜੀ ਸਜ਼ਾ, ਅਤੇ ਫਿਰ ਜਿਹੜੇ ਅਰਸ਼ ਧੂਰੀ ਵਰਗੇ ਅਤੇ ਸੰਦੀਪ ਬਰੇਟੇ ਵਰਗੇ ਉਹ ਬਾਹਰ ਤੁਰੇ ਫਿਰਦੇ ਆ, ਡੀ ਜੀ ਪੀ ਪਿਛਲੀ ਸਰਕਾਰ ਵੇਲੇ ਡੀ ਜੀ ਪੀ ਨਾਲ ਚਾਹ ਦੇ ਕੱਪ ਵੀ ਸਾਂਝੇ ਕਰਦੇ ਰਹੇ ਆ, ਅੱਜ ਉਹਨਾਂ ਨੂੰ ਕੌਣ ਖਾ ਗਿਆ, ਜੇ ਉਹ ਇਦਾਂ ਦੇ ਲੋਕ ਹਾਰਡ ਕ੍ਰਿਮੀਨਲ ਲੋਕ ਬਾਹਰ ਤੁਰੇ ਫਿਰਦੇ ਆ ਤੇ ਤਾਂ ਹੀ ਇਹ ਘਟਨਾ ਹੋ ਰਹੀਆਂ ਨੇ। ਹਾਂਜੀ ਭਾਈ ਸੁਖਰਾਜ ਸਿੰਘ ਜੀ, ਕਿਵੇਂ ਵੇਖਦੇ ਜੀ ਜਿਵੇਂ ਖੋਸਾ ਸਾਹਿਬ ਨੇ ਕਿਹਾ ਵੀ ਕੁਝ ਦਿਨ ਪਹਿਲਾਂ ਥਾਣੇ ਦੇ ਵਿੱਚ SHO ਦੀ ਮੌਜੂਦਗੀ ਦੇ ਵਿੱਚ ਧਮਕੀ ਦੇਣੀ ਔਰ ਧਮਕੀ ਨੂੰ ਅੰਜਾਮ ਦੇ ਦੇਣਾ, ਇੱਕ ਤਾਂ ਹੁੰਦੀ ਧਮਕੀ ਕੇਵਲ ਕਹਿਣਾ ਪਰ ਇੱਕ ਅੱਜ ਉਹਨੂੰ ਬਿਸਤਰੇ 'ਤੇ ਪਾ ਦੇਣਾ, ਅੱਜ ਉਹਨਾਂ ਦੇ ਸਕੈਨ ਹੋ ਰਹੇ ਨੇ, ਆਪਾਂ ਉਹਨਾਂ ਦੀ ਹਾਲਤ ਵੇਖੀ ਕਾਫੀ ਗੰਭੀਰ ਹੈ। ਦੇਖੋ ਜੀ ਆਪਾਂ ਗੱਲ ਇਹ ਆ ਕਿ ਸਰਕਾਰ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਦੀ ਆ, ਇਹ 'ਚ ਕੋਈ ਦੋ ਰਾਹਾਂ ਨਹੀਂ ਆ। ਆਪਾਂ ਦੇਖਿਆ ਹੁਣ ਪਿਛਲੇ ਦਿਨਾਂ ਦੇ ਵਿੱਚ ਉਹ ਜਿਹੜੇ ਸਿਵ ਸੈਨਿਕ ਸੀਗੇ ਜਾਂ ਜਿਹੜੇ ਹੋਰ ਸੀ, ਬਾਹਲਾ ਸੋਸ਼ਲ ਮੀਡੀਆ 'ਤੇ ਸਿੱਖਾਂ ਬਾਰੇ ਜਾਂ ਹੋਰ ਭੱਦੀ ਸ਼ਬਦਾਵਲੀ ਵਰਤਦੇ ਸੀ, ਜਦੋਂ ਦੀ ਉਹਨਾਂ ਦੀਆਂ ਸਿਕਿਉਰਟੀਆਂ ਵਾਪਸ ਲਈਆਂ ਕੁਛ ਕਿਹਾ ਕੋਈ। ਸੋ ਉਹੀ ਇੱਥੇ ਆ, ਜੇ ਬੇਅਦਬੀ ਕਰਨ ਵਾਲਿਆਂ ਨੂੰ ਤੁਸੀਂ 10-10 ਗਨਮੈਨ ਦਿਓਗੇ, ਉਹਨਾਂ ਦੇ ਹੌਸਲੇ ਬੁਲੰਦ ਰੱਖੋਗੇ ਕਿ ਅੱਗੇ ਵੀ ਹੋਰ ਕਰੋ ਜਾਂ ਤੁਹਾਡੇ ਲਈ ਕੋਈ ਝਾਕ ਨਹੀਂ ਸਕਦਾ, ਤਾਂ ਇਸ ਤਰ੍ਹਾਂ ਦੇ ਇਨਜਾਮ ਆ ਜਿਹੜੇ ਹੋਣਗੇ ਅੱਜ ਇਹਨਾਂ ਨਾਲ, ਕੱਲ੍ਹ ਨੂੰ ਹੋਰ ਨਾਲ, ਮਤਲਬ ਸਾਰਿਆਂ ਦੀ ਵਾਰੀ ਆਊਗੀ। ਕਿਉਂਕਿ ਜੇ ਅਸੀਂ ਜਿਹੜਾ ਕੂੜ ਪ੍ਰਚਾਰ ਹੀ ਪੰਜਾਬ ਦੇ ਵਿੱਚ ਇਹ ਦਿਖਾਉਂਦਾ ਹੋਵੇ ਕਿ ਇੱਥੇ ਇਸ ਤਰ੍ਹਾਂ ਦੀ ਬੇਅਦਬੀ ਕਰਨੀ ਹੈ, ਤਾਂ ਉਹ ਕੂੜ ਪ੍ਰਚਾਰ ਪੰਜਾਬ ਦੇ ਵਿੱਚ ਜੇਲ੍ਹ 'ਚ ਬੈਠਾ ਬੰਦਾ ਵੀ ਇਕੱਠ ਕਰਦਾ ਹੋਵੇ ਤਾਂ ਇਸ ਤੋਂ ਕੀ ਸਿੱਧ ਲਈ ਜਾ ਸਕਦੀ ਆ ਕਿ ਸਰਕਾਰਾਂ ਦੀ ਸਭ ਮਿਲੀ ਭਗਤ ਨਾ ਹੋ ਰਿਹਾ। ਸੋ ਅਸੀਂ ਇੱਥੇ ਇਹੀ ਕਹਾਂਗੇ ਕਿ ਸਰਕਾਰ ਇਹਨਾਂ ਨੂੰ ਨੱਥ ਪਾਵੇ, ਆਪਣਾ ਅਕਸ ਸਾਫ਼ ਰੱਖਣ ਦੇ ਲਈ ਦੋਸ਼ੀਆਂ 'ਤੇ ਕਾਰਵਾਈ ਕਰੇ। ਜਿਹੜੀ ਪਿਛਲਿਆਂ 'ਤੇ ਢੁੱਕਦੀ ਆ ਰਹੀ ਹੈ ਰਲੇ ਮਿਲੇ ਵਾਲੀ, ਫਿਰ ਇਹ ਗੱਲ ਇਹ ਆ ਵੀ ਇਹ ਵੀ ਫਿਰ ਮੈਨੂੰ ਨਹੀਂ ਲੱਗਦਾ ਵੀ ਇਹ ਸਰਕਾਰ ਦੇ ਕੁਛ ਤਿਲਾਂ 'ਚ ਤੇਲ ਹੈਗਾ। ਇਹ ਦੋਸ਼ੀ ਬੰਦੇ ਨੂੰ ਨਾਮ ਚਰਚਾ ਕਰਾਉਣੀ ਹੈ, ਫਿਰ ਕਿਤੇ ਨਾ ਕਿਤੇ ਵੋਟਾਂ ਵਾਲੀ ਗੱਲ, ਬਿਲਕੁਲ ਰਾਜਨੀਤਿਕ ਵੋਟ ਬੈਂਕ ਦੇਖਿਆ ਜਾ ਰਿਹਾ। ਜਿਹੜਾ ਬੰਦਾ ਮੁਲਜ਼ਮ ਪਾਇਆ ਜਾ ਰਿਹਾ ਹੋਵੇ, ਮਾਸਟਰਮਾਈਂਡ ਪਾਇਆ ਜਾ ਰਿਹਾ ਹੋਵੇ ਬੇਅਦਬੀਆਂ ਦਾ, ਅਤੇ ਉਹ ਪੰਜਾਬ ਦੇ ਵਿੱਚ ਆਪਣੀ ਸਤਸੰਗ ਕਰੇ, ਉਹ ਵੀ ਜੇਲ੍ਹ 'ਚ ਬੈਠਾ, ਅਤੇ ਉਹਦੀ ਉੱਥੇ ਵੀਡੀਓ ਪੁਰਾਣੀਆਂ ਚਲਾ ਚਲਾ ਲੋਕਾਂ ਨੂੰ ਉੱਥੇ ਤਾੜੀਆਂ ਵਜਾਈਆਂ ਜਾਂਦੀਆਂ, ਉਹਨਾਂ 'ਤੇ ਭੰਗੜੇ ਪਵਾਏ ਜਾਂਦੇ ਹੋਣ, ਅਤੇ ਸਰਕਾਰ ਦੇ ਉੱਥੇ ਕੇਂਦਰ ਦੇ ਜਾਂ ਪੰਜਾਬ ਦੇ ਜਾਂ ਕੋਈ ਹੋਰ ਨਾਮਵਰ ਚਿਹਰੇ ਉਹਦੇ ਵਿੱਚ ਜਾ ਕੇ ਸ਼ਮੂਲੀਅਤ ਕਰਨ, ਤਾਂ ਇੱਦੂ ਵੱਡੀ ਹੋਰ ਨਖਿੱਦ ਕੀ ਹੋ ਸਕਦੀ ਗੱਲ ਕਿ ਸਿਰਫ ਆਪਣੇ ਵੋਟ ਬੈਂਕ ਦੇ ਲਈ ਅਸੀਂ ਗੁਰੂ ਗਲੀਆਂ 'ਚ ਰਲਾ ਲਿਆ। ਗੁਰੂ ਨੂੰ ਰੋਲਣ ਵਾਲਾ ਜਿਹੜਾ ਗਲੀਆਂ ਦੇ ਵਿੱਚ ਅੰਗ ਰੋਲਣ ਵਾਲੇ ਜਿਹੜੇ
तो उन्होंने कार्रवाइया कराने की बजाय उन्होंने उन्होंने सख्त सजावं दवाने की बजाय तो असं उन्होंने कट्ठा के शामिल हो जी। नवी सरकार आई सी मतलब चुटकिया मार के 48 घंटे का समा मंगते ही कहें भी साढ़े को अपना जिहड़े साढ़े मौजूदा एम एल ए ने उन्होंने तफ्तीश की हुई है वह एम एल ए साहब के नाल ताडे भी बड़े नज़दीकी संबंध रहे हैं तो की गल इन्नी देरी क्यों ना तो वह कदे बोलते हैं तो ना जिहड़े 24 घंटे च कहने वाली गल करते अच्छ 1.5 साल तुम सड़क पर बैठने हो गया तो जो 24 घंटे च इस कार्रवाई में पूरा करना हों फिर 1.5 साल सड़कों पर ना बिठाते सानू सड़क रोक रोक पंजाब के लोगों कट्ठे कर कर एक तो जख्म हो ते दूजा जख्म नूं फिर दिखाने लिए उत्तों कपड़ा पासे करना पवे बई हजे तक नहीं भरिया ये साढ़े वो हालात इन्होंने किए आ असी 1.5 साल के बैठे करला रहे हैं कि ये दोषियों से कार्रवाई होनी चाहिए। एक बार तुम शुकराना समागम भी कर दें हो कुंवर विजय प्रताप हरेक का तुम थैंक्स भी कर दें हो पर फिर भी मतलब कि शुकराना समागम असी शुकराने समागम के पूरी चंगी तरह देखा होगा असी शुकराना समागम जिहड़ा किया सिखा दे एके का शुकराना किया गुरु साहब का कि जिहड़ा असी कोटकपुरे दे विच एक कदम जिहड़े चले हाँ ਤਾਂ ਉਹ ਕਿਤੇ ਨਾ ਕਿਤੇ ਰਾਹਤ ਭਰਿਆ ਕਦਮ ਸੀਗਾ ਅਸੀਂ ਉਹਦੇ 'ਚ ਜਿਹੜੇ ਜਿਹੜਾ 1.25 ਸਾਲ ਬਾਅਦ ਮਤਲਬ ਇੱਕਾ ਸੰਗਤ ਦੇ ਵਿੱਚ ਬਣਿਆ ਰਿਹਾ ਨਹੀਂ ਪਿੱਛੇ ਵੀ ਤਾਂ ਚੱਲਦੇ ਆ ਰਹੇ ਹਾਂ ਇਸ ਕੇਸ ਨੂੰ ਲੈ ਕੇ 2015 ਤੋਂ ਇਕੱਠ ਹੁੰਦਾ ਇਕੱਠ ਤੋਂ ਬਾਅਦ ਖਿੰਡਰ ਜਾਣਾ ਹੱਥ ਪੱਲੇ ਕੁਛ ਨਾ ਪੈਣਾ ਸੋ ਐਟਲੀਸਟ ਉਹਨਾਂ ਲੋਕਾਂ ਦਾ ਹੀ ਧੰਨਵਾਦ ਆ ਕਿ ਉਹ ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਕਿ 1.25 ਸਾਲ ਇਕੱਠੇ ਰਹੇ ਹਾਂ ਕੋਈ ਊਣਤਾ ਹੀ ਨਹੀਂ ਆਈ ਆ ਮੁੱਦੇ 'ਤੇ ਸਥਿਰ ਰਹੇ ਹਾਂ ਕਿਸੇ ਹੋਰ ਝਾਂਜਟ ਨਹੀਂ ਪਏ ਹਾਂ ਅਸੀਂ ਉਹ ਏਕਾ ਦਿਖਾਇਆ ਸੀ ਆਪਦਾ ਜੋ ਅੱਜ ਵੀ ਬਰਕਰਾਰ ਹੈ। ਚਲਾਨ 'ਚ ਕੀ ਦੇਰੀ ਹੈ ਫਿਰ ਦੁਬਾਰਾ ਲੱਗ ਰਿਹਾ ਵੀ ਇੱਕ ਚਲਾਨ ਫਿਰ ਪੇਸ਼ ਕਰਨਾ ਪਏਗਾ? ਦੇਖੋ ਜੀ ਲਾਸਟ ਚਲਾਨ ਰਹਿੰਦਾ ਜਿੱਥੇ 2 ਬੰਦਿਆਂ ਦੀ ਮੌਤ ਹੋਈ ਆ ਜਿਹਦੇ ਵਿੱਚ ਮੇਰੇ ਪਿਤਾ ਜੀ ਸਰਦਾਰ ਕ੍ਰਿਸ਼ਨ ਭਗਵਾਨ ਸਿੰਘ ਜੀ ਅਤੇ ਗੁਰਜੀਤ ਸਿੰਘ ਸਰਾਵਾਂ ਦੀ ਮੌਤ ਹੋਈ ਆ ਤਾਂ ਉੱਥੇ ਉਹ ਹਜੇ ਚਲਾਨ ਬਾਕੀ ਆ ਉੱਥੇ ਦੋਸ਼ੀਆਂ ਦੇ ਨਾਮ ਜਨਤਕ ਹੋਣੇ ਬਾਕੀ ਆ ਤਾਂ ਕੋਟਕਪੁਰਾ ਜਿੱਥੇ ਗੋਲੀਕਾਂਡ ਹੋਇਆ ਅਜੀਤ ਸਿੰਘ ਜ਼ਖਮੀ ਹੋਇਆ ਉਹ ਚਲਾਨ ਜਿਹੜੇ ਦਿੱਤੇ ਗਏ ਆ ਉਸ ਤੋਂ ਅਗਲਾ ਜਿਹੜਾ ਕੇਸ ਆ ਬਹਿਬਲ ਕਲਾਂ ਦਾ ਉਹਨੂੰ ਹਜੇ ਪੂਰਨ ਜਿਹੜਾ ਬੰਦ ਕਰਨ ਦੀ ਲੋੜ ਹੈ। ਸਰਕਾਰ ਨੂੰ ਕੀ ਕਹੋਗੇ ਜਿਹੜਾ ਅੱਜ ਫੌਜੀ ਸਾਹਿਬ ਤੇ ਜਾਨਲੇਵਾ ਹਮਲਾ ਦਾ ਕੰਮ ਆ? ਸਰਕਾਰ ਦੇ ਤਿਲਾਂ 'ਚ ਤੇਲ ਹੀ ਨਹੀਂ, ਮੈਂ ਪਹਿਲਾਂ ਕਿਹਾ ਸੀਗਾ ਕਿ ਇਹ ਨਹੀਂ ਹੋ ਸਕਦਾ ਜੇ ਸਰਕਾਰਾਂ ਦੋਸ਼ੀਆਂ ਦੀ ਪੁਸ਼ਤ ਪਣਾਈ ਕਰਕੇ ਉਹਨਾਂ ਨੂੰ ਬਚਾਅ ਪੱਖ ਲਈ ਅੱਗੇ ਲੈ ਕੇ ਆਉਂਦੀਆਂ ਤਾਂ ਫਿਰ ਜਿਹੜੇ ਮਦਈ ਧਿਰ ਆ ਜਿਨ੍ਹਾਂ ਦੇ ਨਾਲ ਵਾਪਰੀ ਆ ਤਾਂ ਉਹਨਾਂ ਨੂੰ ਤਾਂ ਫਿਰ ਮੈਂ ਸਮਝਦਾ ਘਰਾਂ 'ਚ ਬੰਦ ਰਹਿਣ ਦੀ ਲੋੜ ਆ ਕਿਉਂਕਿ ਜਿਹੜੇ ਬੰਦਿਆਂ ਨੇ ਸਿਰਫ ਇੱਕ ਗਵਾਹੀ ਦਿੱਤੀ ਆ ਕਿ ਬੰਦੇ ਨੇ ਬੇਅਦਬੀ ਕੀਤੀ ਆ ਉਹਦੇ ਖਿਲਾਫ ਉਹਦੇ 'ਤੇ ਇਲਜ਼ਾਮ ਦਿੱਤਾ ਜਾ ਰਿਹਾ ਅਤੇ ਜਿਨ੍ਹਾਂ ਦੇ ਬੰਦੇ ਮਰੇ ਆ ਜਿਹੜੇ ਕੇਸ ਲੜ ਰਹੇ ਆ ਤਾਂ ਉਹਨਾਂ ਨੂੰ ਤਾਂ ਮੈਨੂੰ ਲੱਗਦਾ ਇਦੋਂ ਵੀ ਭੈੜੇ ਹਾਲਾਤ ਦੇਖਣ ਦੀ ਲੋੜ ਹੈ। ਸੋ ਇਸ ਕਰਕੇ ਸਰਕਾਰਾਂ ਇਹ 'ਚ ਧਿਆਨ ਦੇਣ, ਜਿਹੜੀਆਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਜਿਹੜੀ ਸਿਕਿਉਰਿਟੀ ਦਿੱਤੀ ਆ ਵਾਪਸ ਲਈ ਜਾਵੇ ਤਾਂ ਬੰਦਾ ਰੜਕੂਗਾ ਹੀ ਨਹੀਂ। ਵੈਸੇ ਹੀ ਪਿੰਡ ਵਾਲਿਆਂ ਨੂੰ ਆਪ ਨੂੰ ਚਾਹੀਦਾ ਕਿ ਇਹੋ ਜਿਹੇ ਕਲੰਕਿਤ ਬੰਦਿਆਂ ਨਾਲ ਬਹੁ ਵਾਸਤਾ ਰੱਖਣ ਦੀ ਲੋੜ ਹੀ ਨਹੀਂ ਗੀ। ਜੀ ਸਾਡੇ ਨਾਲ ਪ੍ਰਿਤਪਾਲ ਸਿੰਘ ਜੀ ਪੰਥ ਪ੍ਰਸਿੱਧ ਜਿਹੜੇ ਨੇ ਕਵੀਸ਼ਰ ਵੀ ਨੇ ਔਰ ਪੰਥ ਦਾ ਦਰਦ ਵੀ ਰੱਖਦੇ, ਤੁਹਾਨੂੰ ਹਰੇਕ ਪੰਥਕ ਮੋਰਚੇ 'ਤੇ ਤੁਹਾਨੂੰ ਮਿਲਣਗੇ ਔਰ ਅੱਜ ਇਹ ਇਹਨੇ ਜਦੋਂ ਇਹਨਾਂ ਪੋਸਟ ਸੁਣੀ ਤਾਂ ਅੱਜ ਹਸਪਤਾਲ ਦੇ ਵਿੱਚ ਵੀ ਪਹੁੰਚੇ ਨੇ। ਹਾਂਜੀ ਕਿਵੇਂ ਵੇਖਦੇ ਵੀ ਅੱਜ ਉਹਨਾਂ 'ਤੇ ਜਾਨਲੇਵਾ ਹਮਲਾ ਹੋਇਆ, ਇਹ ਕਿਵੇਂ ਵੇਖਦੇ ਵੀ ਉਹਨਾਂ ਨੇ ਆਪ ਕਹਿ ਦਿੱਤਾ ਵੀ ਡੇਰਾ ਪ੍ਰੇਮੀਆਂ ਡੇਰਾ ਸਮਰਥਕਾਂ ਵੱਲੋਂ ਹੋਇਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਥੋੜ੍ਹੇ ਦਿਨ ਪਹਿਲਾਂ ਫੌਜੀ ਸਾਹਿਬ ਦੀ ਇੱਕ ਪੋਸਟ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ ਜਿਸ 'ਚ ਇਹਨਾਂ ਨੇ ਬੋਲ ਕੇ ਵੀਡੀਓ ਪਾਈ ਸੀ, ਹੈ ਨਾ, ਵੀ ਸਮਾਲਸਰ ਥਾਣੇ ਦੇ ਵਿੱਚ ਇਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਡੇਰਾ ਪ੍ਰੇਮੀਆਂ ਵੱਲੋਂ, ਅਤੇ ਇਹ ਕਿਤੇ ਨਾ ਕਿਤੇ ਸਰਕਾਰ ਦੀ ਨਾਕਾਮੀ ਹੈ ਜਿਹੜੀ ਜੀ, ਵੀ ਇਹੋ ਜਿਹੇ ਬੰਦਿਆਂ ਨੂੰ ਖੁੱਲ੍ਹਾ ਛੱਡਣਾ। ਜਿਹੜਾ ਇੱਕ ਮਦਈ ਹੋਵੇ ਉਹਨੂੰ ਮਤਲਬ ਇਕੱਲੇ ਨੂੰ 2 ਗਨਮੈਨ ਦਿੱਤੇ ਆ ਜੀ, ਅਤੇ ਜਿਹੜੇ ਦੋਸ਼ੀ ਆ ਉਹਨਾਂ ਦੇ ਪਰਿਵਾਰ ਨੂੰ ਇਕੱਲੇ ਇਕੱਲੇ ਜੀ ਨੂੰ ਇਹਨਾਂ ਨੇ ਸਿਕਿਉਰਿਟੀਆਂ ਦਿੱਤੀਆਂ ਵਾ, ਅਤੇ ਇਹ ਕਿਤੇ ਨਾ ਕਿਤੇ ਸਾਬਤ ਕਰਦਾ ਵੀ ਕੁੱਤੀ ਜਿਹੜੀ ਆ ਚੋਰਾਂ ਦੇ ਨਾਲ ਰਲੀ ਉਹ ਆ, ਅਤੇ ਇਸੇ ਕਾਰਨ ਹੀ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਵਾ। ਜੇ ਇਹਨਾਂ ਨੂੰ ਕੁਝ ਹੋ ਜਾਂਦਾ ਅੱਜ, ਵੈਸੇ ਤਾਂ ਅਜੇ ਠੀਕ ਲੱਗ ਰਹੇ, ਪਰ ਡਾਕਟਰ ਸਾਹਿਬ ਕਹਿੰਦੇ ਵੀ ਜਿੰਨੀ ਦੇਰ ਅਸੀਂ ਅੰਦਰੂਨੀ ਸਕੈਨ ਨਹੀਂ ਕਰ ਲੈਂਦੇ, ਐੱਮ ਆਰ ਆਈ ਕਰ ਲੈਂਦੇ, ਸਿਟੀ ਸਕੈਨ, ਅਸੀਂ ਤੁਹਾਨੂੰ ਕੋਈ ਰਿਜ਼ਲਟ ਦੇ ਨਹੀਂ ਸਕਦੇ। ਜੇ ਕੋਈ ਨੁਕਸਾਨ ਹੁੰਦਾ ਉਹਨਾਂ ਦਾ ਜ਼ਿੰਮੇਵਾਰ ਕੌਣ ਹੋਏਗਾ? ਜ਼ਿੰਮੇਵਾਰ ਇੱਕ ਤਾਂ ਪੰਜਾਬ ਸਰਕਾਰ ਆ ਜੀ ਪਹਿਲੇ ਨੰਬਰ 'ਤੇ, ਦੂਸਰਾ ਜਿਹੜੇ ਬੰਦਿਆਂ ਦੇ ਹੁਣ ਜਿਹੜੇ ਉਹ ਆਇਡੈਂਟੀਫਾਈ ਆ ਬੰਦੇ ਜਿਨ੍ਹਾਂ ਨੇ ਇਹ ਕੰਮ ਕੀਤਾ ਵਾ ਜੀ, ਅਤੇ ਉਹਨਾਂ 'ਤੇ ਜਿਹੜੀ ਕਾਰਵਾਈ ਹੁਣ ਵੀ ਹੋਣੀ ਚਾਹੀਦੀ ਆ ਜਿਹੜੀ ਬਣਦੀ ਆ ਉਹਨਾਂ ਨੂੰ ਸਜ਼ਾ, ਪਰ ਉਮੀਦ ਨਹੀਂ ਸਰਕਾਰ ਦੇ ਕੋਲੋਂ ਕਰ ਸਕਦੇ ਆਪਾਂ, ਕਿਉਂਕਿ ਪਹਿਲਾਂ ਵੀ ਇਹਨਾਂ ਨੇ ਸਾਡੇ ਨਾਲ ਇਹੀ ਕੁਝ ਕੀਤਾ ਹੈ ਵੀ ਉਹਨਾਂ ਨੂੰ ਬੇਅਦਬੀ ਦੇ ਕੇਸਾਂ ਦੇ ਵਿੱਚ ਵੀ ਜ਼ਮਾਨਤਾਂ ਦਿੱਤੀਆਂ, ਅਤੇ ਉਹ ਸਾਰਾ ਕੁਝ ਸਾਨੂੰ ਸਾਰੇ ਪੱਖ ਦੇਖ ਕੇ ਚੱਲਣਾ ਪਊਗਾ ਜੀ। ਵੇਖੋ ਅਸਲ ਦਰਦ ਰੱਖਣ ਵਾਲੇ ਵੇਖੋ ਪੈਰੀ ਜੁੱਤੀ ਵੀ ਨਹੀਂ ਪਾਈ, ਅਤੇ ਜਿਵੇਂ ਹਾਲਾਤ ਸਨ ਉਵੇਂ ਹੀ ਹਸਪਤਾਲ ਨੂੰ ਭੱਜ ਉੱਠੇ ਨੇ, ਅਤੇ ਬੜੇ ਹੀ ਪੰਥ ਦਰਦੀ ਤੁਸੀਂ ਇੱਧਰ ਵੇਖ ਸਕਦੇ ਜੇ, ਬੜੇ ਹੀ ਜਿਹਨੂੰ ਸੁਨੇਹਾ ਮਿਲਦਾ ਪਹੁੰਚ ਰਹੇ ਨੇ, ਔਰ ਪੁਲਿਸ ਦੇ ਆਲਾ ਅਫਸਰ ਵੀ, ਪ੍ਰਸ਼ਾਸਨ ਦੇ ਆਲਾ ਅਫਸਰ ਵੀ
पहुँचे ने उन्होंने बयान भी लए ने और फौजी साहब ने अपने मूँह तो दसिया भी जिहड़े जिहड़े पिंड वासी सन उन्होंने नाम भी लए कोई राजा डेयरी वाला कोई इहो जिहे चार पाँच नाम उन्होंने नशर भी किए ने अगों वेखदे भी की उन्होंने कानूनी कार्रवाई होंगी है कि नहीं कि केवल गोंगलों तो मिट्टी झाड़ दी जाती है कि किसी के मरण की उड़ीक की जाती है। सिर्फ लास्ट के एक होर मैं तुहाडे नाल गल रखनी चाहुंदा भी श्री अकाल तख्त साहब दरबार साहब जिहदी असीं रोज़ दर्शन इशनान की हरेक नानक नाम लेवा सिख मंग करदा है उत्ते थोड़े दिनों के तीजा बंब धमाका हो जाना किवें वेखदे ये भी सरकार दीयां साजिशां ही लगदियां जी। देखो हुण वो जिहड़े चेहरे पेश किए गए आ तो वह सिख चेहरे पेश किए गए आ तो यह भी बड़ा वड्डा सवाल आ भी जे कोई सिख आ तो धार्मिक स्थान पर अपने ही अपने घर के कोई हमला किवें कर सकता है जी पंथक विरोधी जां कह लो कुछ भी कोई डेरावाद दे लागे कोई एहो जी गलबात हुंदी ते सिख चेहरे फड़े जाने ते ओह किते ना किते गल समझ च आ भी सकदी आ पर जेडे दरबार साहब के एरिए दे विच जिथों सर्वसांझी वालता का उपदेश दिता महाराज ने है ना तो जे उस जगह के उत्ते ते सिख ही हमला करना तो यह गल किते नहीं समझ च आ रही तो ये अकाल पुरख जानदा तो जां हमला करने वाले तो जां सरकार जानदी है जिन्हां ने करवाया हो सरकार की निगाह दे विच ही रहा है। ये सानू भुलेखे च नहीं रहना चाहिए भी सरकार की निगरानी च नहीं जदों कोई सिख करना चाह रहा हुंदा वा भी किसी भी अपने धर्म के खिलाफ बोलण वाले के बारे कुछ भी करना चाह रहे तो सिख पहले तो बोझ ले जाते हैं भी ये साजिश घटते फड़े गए पर जदों कोई सिखां दे उत्ते हमला हुंदा है तो वह बाद च भी सरकार नूं प्रॉपर जानकारी नहीं मिलती इहदी कि यह क्यों हुंदा वा जी। बिल्कुल बिल्कुल भी जी ने गल सही कही भी पहलिया सरकार भी आई कई ने तख्तों ढाया भी है और कई ने सोह चकिया कई ने कहा भी कानून बड़े सख्त बना दिते जाएंगे कई राजकाल गोलियां चल दिया ने सिंह शहीद हो जाते हैं पर जी नवी सरकार आई सी बड़े चावन के लोगों ने चुनी सी और इन्होंने कहा बेअदबी के दोषियों थोड़े दिनों पढ़ा और यहोजे सख्त कानून बनावे भी कोई सोच भी नहीं सकेगा भी डेढ़ साल हो गया पर अजे तीन यहोजे कोई कानून नहीं बनया जेडे इन्होंने 24 घंटे 48 घंटे की गल की इंसाफ की जी इंसाफ में भी कोई बुर नहीं लगा पर उदू ज़्यादा हमले दिन प्रतिदिन वध रहे हैं। श्री अकाल तख्त साहब अमृतसर दरबार साहब तीसरा बंब ब्लास्ट हो जाना यह भी एक खतरे की घंटी है। अज एक जिहड़े बेअदबी के मुख गवाह जिहड़े आ गुरसेवक सिंह फौजी मलके तो एक जानलेवा हमला हो जाना यह भी एक सवालिया चिन्ह ने। नवी सरकार अज होरां स्टेटां दे विच इलैक्शनां च रुझी हुई है अपनी जिमनी चोण दे विच रुझी हुई है पर आम लोगों के दिन प्रतिदिन जिहड़े हमले हो रहे हैं इधर भी ध्यान देने की लोड़ है वह ना हो अग्गा दौड़ ते पिछा चोड़ हो जाए। सो होर भी बड़ियां पंथक शख्सियतां पुज्जियां उन्होंने भी गलबात करन दा यतन करदे दिओ आग्या। वाहिगुरू जी का खालसा ਵਾਹਿਗੁਰੂ ਜੀ ਕੀ ਫਤਿਹ। ਇੱਕ ਗੱਲ ਮੈਂ ਸੀ ਨਾਲ ਹੀ ਸੀਗਾ ਮੇਰੇ। ਅੱਛਾ ਅੱਛਾ ਜੀ 12 ਵਜੇ ਦੀ ਗੱਲ ਲੱਗਦੀ। ਅੱਛਾ ਜੀ ਮੈਂ ਨਾ ਤੁਹਾਡੇ ਸਿੱਖ ਤੋਂ ਰੈਡੀ ਦੀ ਕਿਸ ਤਾਰ ਕੇ ਪੈਸੇ ਲੈ ਕੇ ਆ ਰਿਹਾ ਸੀਗਾ ਜੀ। ਗੱਡੀ ਆ ਰਹੀ ਸੀਗੀ ਮੂਹਰਲੇ ਪਾਸੇ ਇਹ ਬਲੈਰੋ ਗੱਡੀ ਸੀਗੀ। ਅੱਛਾ ਜੀ ਪਿੰਡ ਵੜ ਗਏ ਮੈਂ ਪਿੱਛੋਂ ਹੀ ਕਰੋਸਰ ਚੱਕਰ ਸੀਗਾ ਕਰੋਸਰ ਦਿੱਤਾ ਨਹੀਂ ਜਾਣ ਕੇ। ਅੱਛਾ ਜਦੋਂ ਪਿੰਡ ਵਿੱਚ ਵੜਨ ਲੱਗੇ ਆ ਉਹਨੇ ਮੈਨੂੰ ਇੰਡੀਕੇਟਰ ਦਿੱਤਾ ਦੱਛਾ ਲਾ ਕੇ ਤਾਂ ਕਹਿੰਦਾ ਕੱਟ ਦਿੱਤਾ ਜਾ ਜਦੋਂ ਮੈਂ ਬਿਲਕੁਲ ਸਟੇਟ ਕਿਤੇ ਬਰਾਬਰ ਆਇਆ ਗਾ ਉਹਨੇ ਕੱਟ ਮਾਰਿਆ ਬਲੈਰ ਉਹਨੂੰ ਬਿਲਕੁਲ ਛੱਡ ਗੱਡੀ ਮੇਰੇ ਵਾਲੇ ਪਾਸੇ ਲੈ ਗਿਆ। ਤੁਸੀਂ ਕਹਿ ਦਿੱਤੇ ਸੀ ਮੈਂ ਮੋਟਰਸਾਈਕਲ 'ਤੇ ਸੀ। ਅੱਛਾ ਤੁਸੀਂ ਇਹਦੇ ਨਾਲ ਤੁਹਾਡਾ ਸਰਕਾਰੀ ਗੱਲ ਮੈਂ ਹਾਂਜੀ ਅਤੇ ਜਦੋਂ ਇਹਨੂੰ ਪਤਾ ਲੱਗ ਗਿਆ ਮੈਂ ਬਰੇਕ ਮਾਰੇ ਮੋਟਰਸਾਈਕਲ ਨੂੰ ਕਿਤਾ ਉੱਤਰ ਗਿਆ ਪਿੱਛੇ ਦੋਨੋਂ ਲੱਤਾਂ ਲਾ ਕੇ ਨਿਕਲ ਗਿਆ ਮੁੜ ਕੇ ਬਹੁਤ ਵੱਡੀ ਖਾਲੀ ਸੀਗੀ ਸੱਜੇ ਵਾਲੇ ਪਾਸੇ ਸਟੇਰਿੰਗ ਵਾਲੇ ਪਾਸੇ ਉਹ ਮੋਟਰਸਾਈਕਲ ਖਾਲੀ 'ਚ ਵੱਜਿਆ ਜਿਹੜੀ ਉਹਦੀ ਫੈਟ ਹੁੰਦੀ ਆ ਫੁੱਟਰਿਸਟ ਜੀ ਪੈਰ ਵਾਲੀ ਬੈਕ ਸਾਈਡ ਪਿਛਲੀ ਸਟੇਸ਼ਨ ਉਹ ਪਿੱਛੇ ਅੜ ਗਈ ਆਪਣੇ ਮਗਰਾਹਟ 'ਤੇ ਚੱਕ ਕੇ ਮੋਟਰਸਾਈਕਲ ਕੰਨ ਉਹ ਮਾਰਿਆ ਨਾਲੀ 'ਚ ਮੇਰਾ ਹੱਥ ਸਿਰ ਵੱਜਿਆ ਉਹਦੇ ਚੀਜ਼ਾਂ ਦੇ ਕੰਨ ਦੇ ਵਿੱਚ ਕੋਠੇ 'ਚ। ਅੱਛਾ ਜੀ ਹਾਏ ਹਾਏ ਮੁੜ ਕੇ ਚੱਲਣਾ ਚਾਬੀ ਕੱਢਣ ਲੱਗਿਆ ਅਤੇ ਇੱਕ ਤੋਂ ਮੈਂ ਤਾਂ ਲਿਪੜੇ ਸਾਰਾ ਮੈਂ ਚਾਬੀ ਕੱਢਣ ਲੱਗਿਆ ਉਹ ਚਾਬੀ ਕੱਢਣ ਨਹੀਂ ਦਿੰਦਾ ਗੱਡੀ ਭਜਾਉਣ ਲੱਗਾ ਸੀ ਉਹ। ਕਿੰਨੇ ਜਾਣੇ ਸੀ ਉਹ? ਉਹ ਇਕੱਲਾ ਹੀ ਸੀਗਾ। ਅੱਛਾ ਅਤੇ ਮੁੜ ਕੇ ਉਹਦੇ 'ਤੇ ਆ ਗਾਰਾ ਜਿਹਾ ਪੈ ਗਿਆ ਆਹ ਮੈਨੂੰ ਤਾਂ ਉੱਥੇ 'ਚ ਬਹਿ ਕੇ ਮੈਨੂੰ ਸਾਨੂੰ ਗਾਹ ਰੈਫਰ ਕੀਤਾ ਇਹ ਕਹਿੰਦਾ ਸੀ ਵੀ ਦਾਖਲ ਹੋਣ ਵਾਸਤੇ ਇੱਥੇ ਆ ਗਿਆ ਗਾ ਅਤੇ ਕਹਿੰਦਾ ਉਹਦਾ ਕੁੜਤਾ ਲਿਬੜਿਆ ਸੀ ਮੈਂ ਕਿਹਾ ਤਾਂ ਮੇਰੇ ਹੱਥ ਨਹੀਂ ਲਿਬੜਿਆ ਸੀ ਮੈਂ ਚਾਬੀ ਕੱਢਣ ਲੱਗੇ ਨੇ ਉਹ ਕੀਤਾ ਗਾ। ਅੱਛਾ ਜੀ ਡੇਰਾ ਪ੍ਰੇਮੀ ਨੇ ਜੀ ਉਹ? ਉਹ ਡੇਰਾ ਪ੍ਰੇਮੀ ਉਹ ਨਹੀਂ ਗਾ ਜੀ ਜਿਹੜਾ ਡੇਰਾ ਪ੍ਰੇਮੀ ਦਾ ਸਮਰਥਕ ਉਹ ਕੰਮ ਕਰਵਾ ਰਿਹਾ ਤੋਂ। ਤੁਹਾਨੂੰ ਕੀ ਲੱਗਦਾ ਕਿੰਨੇ ਭੇਜਿਆ ਸੀ ਉਹਨਾਂ ਨੂੰ? ਉਹਨਾਂ ਨੂੰ ਰਾਜਾ ਡੇਰੀ ਵਾਲਾ ਵੱਜਦਾ ਡੇਰਾ ਜੋ ਸਮਰਥਕ ਡੇਰਾ ਪਹਿਲਾਂ ਡੇਰਾ ਪ੍ਰੇਮੀ ਸੀ ਉਹ ਉਹਨਾਂ ਨੇ ਵੀ ਜਾਣ ਕੇ ਲੋਕਡ 'ਚ ਲਾ ਦਿੱਤਾ ਉਹਨੇ। ਅੱਛਾ ਅਤੇ ਜਾਣ ਕੇ ਅਸੀਂ ਦਰਖਾਸਤਾਂ ਦਿੱਤੀਆਂ ਵੀਰ ਜੀ ਪਹਿਲਾਂ ਵੀ 12 ਤਰੀਕ ਨੂੰ ਉਹ ਬੰਦੇ ਦੇ ਖਿਲਾਫ਼ ਕਹਿੰਦਾ ਜੀ ਕਹਿੰਦਾ ਤੂੰ ਜਾਣ ਕੇ ਕਹਿੰਦਾ ਉਹ ਪਹਿਲਾਂ ਵੀ ਸਾਡੀ ਗੱਲ ਹੋਈ ਸੀ ਨਾ ਕਰਕੇ
ਮੈਂ ਕਿਹਾ ਯਾਰ ਤੇਰੇ ਨਾਲ ਮੇਰਾ ਕੋਈ ਰੌਲਾ ਰੌਲਾ ਨਹੀਂ ਗਾ। ਮੈਂ ਕਿਹਾ ਕਹਿੰਦਾ ਤੁਸੀਂ ਬੇਅਦਬੀ ਦਾ ਕਹੂਆ ਬਣਾਇਆ ਹੋਇਆ, ਸਾਰੇ ਪਿੰਡ ਨੂੰ ਪਤਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਹੈ। ਮੈਂ ਕਿਹਾ ਸਾਰੇ ਪਿੰਡ ਨੂੰ ਪਤਾ? ਕਹਿੰਦਾ ਸਾਰੇ ਪਿੰਡ ਨੂੰ ਪਤਾ ਬੇਅਦਬੀ ਹੋਈ। ਕਹਿੰਦਾ ਹਾਂ। ਕਹਿੰਦਾ ਬਾਕੀ ਪਿੰਡਾਂ ਦੇ ਵਿੱਚ ਵੀ ਕਹਿੰਦਾ ਸਾਰੀਆਂ ਦੱਬੀਆਂ ਗਈਆਂ। ਕਹਿੰਦਾ ਤੂੰ ਸਾਡੇ ਪਿੰਡ ਦਾ ਨਾਮ ਬਦਨਾਮ ਕੀਤਾ, ਗੁਰੂ ਗ੍ਰੰਥ ਸਾਹਿਬ ਨੂੰ ਨਾਂ ਲੈ ਕੇ ਹਊਆ ਬਣਾਇਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ। ਕਹਿੰਦਾ ਇੰਨਾ ਵੱਡਾ ਕੰਮ ਹੈ ਨਹੀਂ ਸੀ ਇਹ, ਕਹਿੰਦਾ ਸਾਡੇ ਪਿੰਡ ਦਾ ਨਾਂ ਬਦਨਾਮ ਕੀਤਾ ਤੁਸੀਂ। ਥਾਣੇਦਾਰ ਦੇ ਸਾਹਮਣੇ ਜਸਵਿੰਦਰ ਤੇ ਗੱਲ ਕਹੀ ਆ ਉਹਨੇ 12 ਤਰੀਕ ਨੂੰ, ਮੇਰੇ ਕੋਲ ਵੀਡੀਓ ਵੀ ਹੈਗੀ ਆ ਬੰਦੇ ਦੀ। ਕਹਿੰਦਾ ਤੇਰਾ ਇੱਕ, ਕਹਿੰਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹੈਗੀਆਂ, ਤੇ ਕਹਿੰਦਾ ਤੇਰਾ ਹੁਣ ਇੱਕ ਪਾਸਾ ਜਿਹੜੀ ਤੂੰ ਬੈਠ ਬੈਠੀ, ਤੇਰਾ ਇੱਕ ਪਾਸਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕਹਿੰਦਾ ਤੂੰ ਬੈਠ ਬੈਠੀ ਆ, ਕਿਹੜਾ ਤੇਰਾ ਇੱਕ ਪਾਸਾ ਕਰਨਾ ਹੀ ਕਰਨਾ। ਅੱਛਾ, ਤੁਹਾਨੂੰ ਧਮਕੀ ਪਹਿਲਾਂ ਹੀ ਦਿੱਤੀ ਸੀ ਉਹਨਾਂ ਨੇ? ਹਾਂਜੀ, 12 ਤਰੀਕ ਨੂੰ ਥਾਣੇ ਦੇ ਵਿੱਚ। ਥਾਣੇ 'ਚ ਧਮਕੀ? ਥਾਣੇ ਦੇ ਵਿੱਚ ਸਵਾਲ ਸਰ ਜਸਵਿੰਦਰ ਠਹਿਰਦਾ ਤੋਂ। ਮੈਂ ਕਿਹਾ ਦੇਖੋ ਜੀ, ਤੁਹਾਡੇ ਸਾਹਮਣੇ ਬੰਦਾ ਧਮਕੀ ਦੇ ਰਿਹਾ ਹੈਗਾ। ਕਹਿੰਦਾ ਨਹੀਂ ਜੀ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਉਹਦੀ ਰਿਕਾਰਡਿੰਗ ਮੇਰੇ ਕੋਲ ਠਹਿਰਦਾ ਵੀ ਪਈ ਯਾਰ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਕਹਿੰਦੇ ਨਾ। ਜਿਹੜੇ ਬੰਦੇ ਨੇ ਸਮਾਲ ਸਰ ਥਾਣੇ 'ਚ ਧਮਕੀ ਦਿੱਤੀ ਉਹਨੇ ਹਮਲਾ ਕਰਵਾਤਾ, ਉਹਦੇ ਖਿਲਾਫ ਹੀ ਦਰਖਾਸਤ ਦਿੱਤੀਆਂ ਸੀਗੀਆਂ ਇਹ DGP ਸਾਹਿਬ ਨੂੰ, DGP ਸਾਹਿਬ ਨੂੰ, ਗੋਬਿੰਦ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਨੂੰ, ਮੁੱਖ ਮੰਤਰੀ ਨੂੰ, SSP IG ਫਿਰੋਜ਼ਪੁਰ ਨੂੰ। ਕੋਈ ਕਾਰਵਾਈ ਨਹੀਂ ਹੋਈ ਨਾ? 20 ਤਰੀਕ ਦਿੱਤੀਆਂ, ਕੋਈ ਕਾਰਵਾਈ ਨਹੀਂ ਹੋਈ, 12 ਤਰੀਕ ਹੋ ਗਈ ਹੈ ਜੀ। ਅੱਛਾ ਜੀ। ਹਾਂਜੀ, ਅਸੀਂ ਇਹ ਪਿੱਟਾ ਸੀ ਮੈਂ ਕਿਹਾ ਬੰਦਾ ਮੇਰੇ 'ਤੇ ਹਮਲਾ ਕਰੂਗਾ, ਡੇਰਾ ਕਦਮੀਆਂ ਸਮਰਥਕਾਂ ਜਾਂ ਕਿਸੇ ਤੋਂ ਕਰਵਾਊਗਾ, ਕਿਉਂਕਿ ਮੈਨੂੰ ਤੁਹਾਡੇ ਦੇ ਸਾਹਮਣੇ ਵਿੱਚ ਧਮਕੀ ਦਿੱਤੀ ਹੈ ਬੰਦੇ ਨੇ। ਆਰਾਮ, ਬਸ ਬਸ ਬਹੁਤ ਹੋ ਗਿਆ, ਠੀਕ। ਤੂੰ ਯਾਰ ਪਹਿਲਾਂ ਸਕੈਨਿੰਗ ਕਰਾ ਲਾ। ਜੀ ਤਾਂ ਗੁਰਸਿੰਘ ਸਿੰਘ ਕਿ ਜਿਹੜਾ ਸੱਚਾਈ ਜਿਹੜੀ ਹੈ ਬਿਆਨ ਕੀਤੀ ਕਿਸ ਤਰ੍ਹਾਂ ਘਟਨਾ ਵਾਪਰੀ, ਸੰਦੀਪ ਸਿੰਘ ਸੋਲਸਾ ਹੋਰ ਡਾਕਟਰ ਦੀ ਗੱਲਬਾਤ ਨਾਲ ਮਤਲਬ ਕਿ ਸਰਕਾਰੀ ਗਨਮੈਨ ਦੀ ਜਿਹੜੀ ਮੌਜੂਦਗੀ 'ਚ ਹਮਲਾ ਹੋਇਆ, ਇਹ ਬੜੀ ਜਿਹੜੀ ਹੈਗੀ ਹੈ ਬੜੀ ਵੱਡੀ ਘਟਨਾ ਅੱਜ ਪੰਜਾਬ ਦੇ ਵਿੱਚ ਵਾਪਰੀ ਹੈ। ਇਸ ਵਕਤ ਫਰੀਦਕੋਟ ਦੇ ਜਿਹੜੇ ਸਰਕਾਰੀ ਵੱਡਾ ਮੈਡੀਕਲ ਹਸਪਤਾਲ ਉੱਤੇ ਸਰਕਾਰੀ ਗਨਮੈਨ ਦੀ ਮੌਜੂਦਗੀ ਦੇ ਵਿੱਚ ਹਮਲਾ ਹੋਇਆ, ਸਰਕਾਰੀ ਗਨਮੈਨ ਦੀ। ਔਰ ਗੁਰਸੇਵ ਸਿੰਘ ਫੌਜੀ ਦਾ ਕਹਿਣਾ ਵੀ ਕੁਝ ਦਿਨ ਪਹਿਲਾਂ ਹੀ 12 ਤਰੀਕ ਨੂੰ ਮੈਨੂੰ ਥਾਣੇ ਦੇ ਵਿੱਚ SHO ਦੀ ਮੌਜੂਦਗੀ ਦੇ ਵਿੱਚ ਮੈਨੂੰ ਧਮਕੀਆਂ ਵੀ ਦਿੱਤੀਆਂ ਗਈਆਂ। ਸੋ ਹਾਲਤ ਡਾਕਟਰ ਕਹਿ ਰਹੇ ਨੇ ਵੀ ਜੇ ਬੋਲ ਜ਼ਰੂਰ ਰਹੇ ਨੇ, ਪਰ ਹਾਲਤ ਜਿਹੜੀ ਇਹਨਾਂ ਦੀ ਗੰਭੀਰ ਹੈ। ਸਿਰ ਦੇ ਸਕੈਨ ਹੋਣਗੇ, CT ਸਕੈਨ ਹੋਏਗਾ, MRI ਹੋਏਗੀ, ਅਤੇ ਇਹਤੋਂ ਬਾਅਦ ਅਸੀਂ ਤੁਹਾਨੂੰ ਕੁਝ ਦੱਸ ਸਕਦੇ ਹਾਂ ਵੀ ਉਹ ਠੀਕ ਨੇ ਕਿ ਨਹੀਂ। ਸੋ ਸਕੈਨ ਹੁਣ ਜਾ ਰਹੇ ਨੇ, ਤੁਹਾਨੂੰ ਨਾਲ ਨਾਲ ਅਪਡੇਟ ਦਿੰਦੇ ਰਹਾਂਗੇ। ਡੇਰਾ ਪ੍ਰੇਮੀ ਨੂੰ ਲੈ ਦੇ ਕੇ ਬੰਦਾ ਰਾਧਾ ਸਿੰਘ ਡੇਰੀ ਵਾਲਾ, ਪਹਿਲਾਂ ਡੇਰਾ ਪ੍ਰੇਮੀ ਸੀਗਾ, ਹੁਣ ਛੱਡ ਗਿਆ, ਹੁਣ ਉਹਨੇ 1 ਲੱਖ ਲਾ ਦਿੱਤਾ, ਹੁਣ ਉਹਨਾਂ ਦੀ ਪੂਰੀ ਸਪੋਰਟ ਕਰਦਾ ਹੈਗਾ ਰਾਜਾ ਡੇਰੀ ਵਾਲਾ ਬਚਦਾ ਹੈਗਾ। ਉਹਨੇ ਨੰਬਰਦਾਰ ਨੂੰ ਕਹਿ ਕੇ ਵੀ ਇਹ ਸੇਵਕ ਆ ਰਿਹਾ, ਮੇਰੇ CID ਰੱਖੀ ਵੀ ਸੇਵਕ ਗਿਆ SID ਦੇ ਵਿੱਚ ਪੈਸੇ ਲੈਣ ਵਾਸਤੇ, ਉਹ ਸਿੱਖ ਕਿਧਰਾਂ ਆ ਰਿਹਾ ਵਾ, ਆਹ ਗੱਲ ਜੋ ਕਰਦਾ ਤੂੰ ਪੱਟੇ। ਜੇ ਤੁਸੀਂ ਆਪ ਹੁਸ਼ਿਆਰੀ ਨਾਲ ਨਾ ਬਚਦੇ ਤਾਂ ਅੱਜ ਤੁਹਾਡਾ ਮਤਲਬ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਮੇਰਾ ਜੀ ਅੱਜ ਸਿਰ ਪਾੜ ਦੇਣ, ਮੈਂ ਉੱਥੇ ਖਤਮ ਹੋ ਜਾਣਾ ਸੀਗਾ ਜੇ ਮੈਂ ਆਪਣੇ ਹੁਸ਼ਿਆਰੀ ਨਾ ਬਚਦਾ, ਬ੍ਰੇਕ ਹੋਟਲ ਨੂੰ ਨਾ ਲਾਉਂਦਾ ਤਾਂ। ਮਤਲਬ ਉਹ ਇਸ ਮਨਸ਼ਾ ਨਾਲ ਹੀ ਆਇਆ ਇਸ ਤਰ੍ਹਾਂ ਲੱਗਦਾ? ਉਸ ਮਨਸ਼ਾ ਨਾਲ, ਹਾਂਜੀ ਬਾਈ ਜੀ, ਨਹੀਂ ਤਾਂ ਜਿਵੇਂ ਗੱਡੀ ਕਰੋਸ ਦਿੰਦੇ ਹਾਂ, ਗੱਡੀ ਸਾਈਡ 'ਤੇ ਕਰ ਲੈਂਦੇ, ਹੌਲੀ ਕਰ ਲੈਂਦੇ ਗੱਡੀ, ਹੁਣ ਜਦੋਂ ਸਟੇਅਰਿੰਗ ਕੋਲ ਗਈ ਆ ਗੱਡੀ, ਮੋਟਰਸਾਈਕਲ ਕਰੋਸ ਕਰਨ ਲੱਗਿਆ, ਉਹਨੇ ਇੱਕਦਮ ਕੱਟ ਮਾਰਿਆ, ਜੋ ਪਿੱਛੇ ਫੁੱਟ ਰੈਸਟ ਹੁੰਦੀ ਹੈ ਬਿਜਲੀ ਸਵਾਰੀ ਵਾਸਤੇ, ਉਹ ਮੇਰਾ ਪਿੱਛੇ ਮੋਟਰਸਾਈਕਲ ਚੜਿਆ ਅਤੇ ਮੋਟਰਸਾਈਕਲ ਪੂਰੇ ਜ਼ੋਰ ਦਾ ਕੰਧ ਵੱਜਿਆ, ਆਹ ਮੇਰਾ ਸਿਰ, ਮੈਨੂੰ ਹੁਣ ਮਾੜਾ ਮੋਟਾ ਸੁੱਟ ਆਈ ਆ। ਅੱਛਾ ਜੀ, 12 ਵਜੇ ਦੀ ਧਮਕੀ ਨੂੰ ਅੰਜਾਮ ਦੇ ਦਿੱਤਾ, ਜਿਹੜੀ ਤੁਹਾਨੂੰ ਧਮਕੀ ਦਿੱਤੀ ਸੀ ਉਹਨੂੰ ਅੱਜ ਅੰਜਾਮ ਦੇ ਦਿੱਤਾ ਗਿਆ ਹੈ।